ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜਿੱਥੇ ਨੌਜਵਾਨ ਵਿਦੇਸ਼ਾਂ ਵਿੱਚ ਬੈਠੇ NRIs ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ ਤੇ ਉਹਨਾਂ ਤੋਂ ਠੱਗੀ ਮਾਰਦੇ ਸੀ। ਪੁਲਿਸ ਨੇ ਅਚਨਚੇਤ ਛਾਪਾ ਮਾਰ ਕੇ 13 ਨੌਜਵਾਨਾਂ ਨੂੰ ਦਬੋਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲ ਸੈਂਟਰ ਦਾ ਮਾਸਟਰ ਮਾਈਂਡ ਦਿੱਲੀ ਵਿੱਚ ਬੈਠਾ ਹੈ ਤੇ ਉੱਥੇ ਬੈਠ ਕੇ ਹੀ ਸਾਰੀ ਪਲੈਨਿੰਗ ਕਰਦਾ ਸੀ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਲੁਧਿਆਣਾ ਤੋਂ ਨਰਿੰਦਰ ਮਹਿੰਦੀ ਦੀ ਰਿਪੋਰਟ, ਜਗਬਾਣੀ TV।